पिंड शाहपुर विखे मौजूद हाँ जिथे कि पिंड दीआं औरतां ते नौजवान कुड़ियां वल्लों सज धज के जिहड़ा तीआं दा तिहार आ किसानी संघर्ष नूं समर्पित करवाया जा रहा। साडे नाल बीबियां मौजूद ने, उह भैणां मौजूद ने, असीं उहनां नाल गल करांगे की कहना चाहुंदे ने। जो अज तीआं दा तिहार मनाया, की कहोगे तुसीं? तीआं दा तिहार मैं असीं सारे अज पिंड शाहपुर विच इकट्ठे होए हां, सारियां मातावां भैणां मैं सब दा धन्नवाद करदी हां, ते शाहपुर ग्राम पंचायत दा जी सारिआं ने इकट्ठे हो के तीआं दे नाल नाल असीं किसान मजदूर एकता नूं समर्पित मोर्चे नूं समर्पित यह त्यौहार मनाया, तो सानूं बहुत चंगा लग्या। ते होर जिवें कि तुहानूं लगदा वा वी जिहड़ा इह सभ्याचारक नाल संबंधित त्यौहार आ तीआं दा, इह लोप हुंदा जा रिहा, की कारण रहे ने इहदे? ਇਹਦੇ ਇਹ ਕਾਰਨ ਰਹੇ ਨੇ ਵੀ ਮਾਡਰਨਾਈਜੇਸ਼ਨ ਜ਼ਿਆਦਾ ਹੋ ਗਈ ਆ, ਇਹ ਸਾਰਿਆਂ ਨੂੰ ਸਾਨੂੰ ਇੰਡੀਵਿਜੁਅਲੀ ਇਕੱਲੇ ਇਕੱਲੇ ਨੂੰ ਇਹ ਫਰਜ਼ ਸਮਝ ਕੇ ਲੈਣਾ ਪਊਗਾ ਅਤੇ ਆਪਣੇ ਬੱਚਿਆਂ ਨੂੰ ਦੱਸਣਾ ਪਊਗਾ। ਅਸੀਂ ਆਪਣੇ ਬੱਚਿਆਂ ਨੂੰ ਦੱਸਿਆ, ਮੈਂ ਖੁਦ ਆਪਣੀ ਬੇਟੀ ਨੂੰ ਲੈ ਕੇ ਆਈ ਹਾਂ ਅਤੇ ਉਹਨੂੰ ਪਾਇਆ, ਪਾਰਟੀਸਪੇਟ ਕਰਦੇ ਆ ਬੱਚੇ, ਬਹੁਤ ਸੱਗੀ ਫੁੱਲ ਪਾ ਕੇ, ਜੁਗਨੀਆਂ, ਚਰਖੇ, ਸਾਰਾ ਅਸੀਂ ਬੱਚਿਆਂ ਨੂੰ ਦੱਸਿਆ, ਇਕੱਲੀ ਇਕੱਲੀ ਚੀਜ਼ ਉਹਨਾਂ ਨੂੰ ਨਾਮ ਦੱਸੇ ਨੇ ਅਤੇ ਬਹੁਤ ਵਧੀਆ ਲੱਗਿਆ। ਅਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਵੀ ਆਪਣੇ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਇਹ ਉਪਰਾਲੇ ਕਰਨੇ ਬਹੁਤ ਜ਼ਰੂਰੀ ਨੇ। ਧੰਨਵਾਦ। ਸਾਡੇ ਨਾਲ ਇੱਥੇ ਹੋਰ ਵੀ ਭੈਣਾਂ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਕੀ ਕਹੋਗੇ ਜਿਹੜਾ ਤੁਸੀਂ ਅੱਜ ਪਿੰਡ ਵਿੱਚ ਸੱਭਿਆਚਾਰਕ ਸੰਬੰਧ? ਅਸੀਂ ਜੀ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ, ਇਹ ਬਹੁਤ ਵਧੀਆ ਪ੍ਰੋਗਰਾਮ ਕਰਿਆ ਜੀ, ਨਗਰ ਨਿਵਾਸੀਆਂ ਨੇ ਰਲ ਕੇ ਸਾਰੀਆਂ ਧੀਆਂ ਭੈਣਾਂ ਦਾ ਜੀ ਇਕੱਠੀਆਂ ਹੋ ਗਈਆਂ, ਸਾਰੀਆਂ ਮਿਲਦੀਆਂ, ਜਿਹੜੀਆਂ 50-50 ਸਾਲ ਦੀਆਂ ਨਹੀਂ ਸੀ, 20-20 ਸਾਲ ਦੀਆਂ ਮਿਲੀਆਂ, ਉਹ ਸਾਰੀਆਂ ਅੱਜ ਮਿਲਦੀਆਂ। ਅਤੇ ਪਹਿਲੀ ਵਾਰੀ ਤੁਹਾਡੇ ਪਿੰਡ ਦੇ ਵਿੱਚ ਇੱਦਾਂ ਦਾ ਜਿਹੜਾ ਪ੍ਰੋਗਰਾਮ ਆ ਸੱਭਿਆਚਾਰ ਨਾਲ ਸੰਬੰਧਿਤ ਕਰਾਇਆ ਗਿਆ? ਪਹਿਲਾਂ ਵੀ ਕਰਵਾਇਆ ਸੀਗਾ ਅਸੀਂ, ਜਦ ਬਹੁਤ ਜ਼ਿਆਦਾ ਮੀਂਹ ਸੀ, ਜ਼ਿਆਦਾ ਇੰਨਾ ਜਾਣੀ ਹੋਇਆ ਨਹੀਂ ਸੀਗਾ, ਅਸੀਂ ਘਰੇ ਕੀਤਾ ਸੀ ਐਕਟੀ, ਅਸੀਂ ਦੂਜੀ ਵਾਰ ਕਰਵਾਇਆ। ਜਿਵੇਂ ਇੱਦਾਂ ਦੇ ਜਿਹੜੇ ਸਮਾਗਮ ਨੇ ਜਾਂ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮ ਨੇ, ਇਹ ਪਿੰਡਾਂ ਦੇ ਵਿੱਚੋਂ ਲੋਪ ਹੁੰਦੇ ਨਜ਼ਰ ਆ ਰਹੇ ਨੇ, ਆਖਿਰ ਇਹਦਾ ਜ਼ਿੰਮੇਵਾਰ ਕੌਣ ਆ? ਇਹਦਾ ਜ਼ਿੰਮੇਵਾਰ ਜੀ ਸਰਕਾਰ ਆ। ਹਾਂਜੀ ਸਰਕਾਰ ਆ। ਸਾਨੂੰ ਵੀ ਪਿੰਡ ਦੇ ਵਿੱਚੋਂ ਬਹੁਤ ਲੋਕਾਂ ਨੇ ਕਿਹਾ ਵੀ ਦਿੱਲੀ ਧਰਨਾ ਲੱਗਿਆ ਹੋਇਆ, ਨਹੀਂ ਕਰਨਾ। ਅਸੀਂ ਕਿਹਾ ਵੀ ਨਹੀਂ, ਅਸੀਂ ਧਰਨੇ ਦੇ ਨਾਲ, ਅਸੀਂ ਵੀ ਕਿਸਾਨ ਹਾਂ, ਅਸੀਂ ਹਾਂਜੀ ਹਾਂਜੀ ਅਸੀਂ ਵੀ ਕਿਸਾਨ ਹਾਂ ਵੀ ਅਸੀਂ ਤੀਆਂ ਦਾ ਤਿਉਹਾਰ ਵੀ ਮਨਾਵਾਂਗੇ ਅਤੇ ਦਿੱਲੀ ਦੇ ਨਾਲ। ਹਾਂਜੀ ਖੁਸ਼ੀ ਨਹੀਂ ਮਨਾ ਰਹੇ। ਹਾਂਜੀ ਦੇਸ਼ ਦੀ ਅੰਨੀ ਬੋਲੀ ਸਰਕਾਰ ਦੇ ਕੰਨਾਂ 'ਚ। ਇਸ ਵੇਲੇ ਛੋਟੇ ਬੱਚੇ ਵੀ ਮੌਜੂਦ ਨੇ ਸਾਡੇ ਨਾਲ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਰਾਜੇ ਤੁਸੀਂ ਤੀਆਂ ਦੇ ਤਿਉਹਾਰ 'ਚ ਸ਼ਾਮਿਲ ਹੋਏ ਹੋ, ਕੀ ਕਹੋਗੇ ਇਹਦੇ ਬਾਰੇ, ਕੀ ਹੋਣਾ ਚਾਹੀਦਾ ਪ੍ਰੋਗਰਾਮ? ਬਹੁਤ ਅੱਛਾ ਲੱਗਿਆ। ਜਿਵੇਂ ਤੁਸੀਂ ਕਿਸਾਨੀ ਝੰਡਾ ਚੁੱਕਿਆ ਹੋਇਆ, ਕੀ ਕਹੋਗੇ ਇਹਦੇ ਬਾਰੇ? ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੋ ਤੁਹਾਡੇ ਬੱਚੇ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਰਾ ਵੀ ਲਾਇਆ, ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਕੀ ਨਾਮ ਹੈ ਰਾਜੇ ਤੇਰਾ? ਪ੍ਰਦੀਪ ਕੌਰ ਹੈ ਮੇਰਾ ਨਾਮ। ਪ੍ਰਦੀਪ ਕੌਰ, ਤੁਸੀਂ ਅੱਜ ਸ਼ਾਮਲ ਹੋਏ ਹੋ ਇਸ ਸਮਾਗਮ ਦੇ ਵਿੱਚ, ਕੀ ਕਹੋਗੇ ਇਹਦੇ ਬਾਰੇ? ਬਸ ਇਹੀ ਕਹਿਣਾ ਚਾਹੁੰਦੀ ਹਾਂ, ਬਹੁਤ ਵਧੀਆ ਤਿਉਹਾਰ ਅਸੀਂ ਅੱਜ ਮਨਾਇਆ ਗਿਆ ਆ, ਤਾਂ ਇਹੀ ਉਮੀਦ ਕਰਦੇ ਹਾਂ ਵੀ ਹਰ ਸਾਲ ਸਾਡਾ ਵਧੀਆ ਮਨਾਇਆ ਜਾਵੇ, ਇਸੇ ਤਰ੍ਹਾਂ ਹੀ ਮਨਾਇਆ ਜਾਵੇ। ਅਤੇ ਅਸੀਂ ਇਹ ਕਿਸਾਨੀ ਲਈ ਸਮਰਪਿਤ ਕੀਤਾ ਗਿਆ ਆ, ਅਤੇ ਜਿਹੜੇ ਕਿਸਾਨ ਉੱਥੇ ਦਿੱਲੀ ਦੇ ਵਿੱਚ ਬੈਠੇ ਨੇ, ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਬੈਠਿਆਂ ਨੂੰ, ਅਤੇ ਉਹਨਾਂ ਲਈ ਆ, ਅਤੇ ਸਰਕਾਰ ਜਿਹੜੀ ਸੁੱਤੀ ਪਈ ਆ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਇਹ ਕਰ ਰਹੇ ਹਾਂ, ਤਾਂ ਕਿ ਸਰਕਾਰ ਜਾਗੇ ਅਤੇ ਉਹ ਜਿਹੜੇ ਕਿਸਾਨ ਬੈਠੇ ਨੇ ਉਹ ਵੀ ਆਪਣੇ ਘਰਾਂ 'ਚ ਜਾਣ ਅਤੇ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣ। ਸੋ ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਰਾਜੀ, ਜਿਹੜਾ ਇਹ ਪ੍ਰੋਗਰਾਮ ਹੋ ਰਹੇ ਨੇ ਸੱਭਿਆਚਾਰਕ, ਇਹਨਾਂ ਦੇ ਵਿੱਚ ਜਿਹੜੇ ਨੌਜਵਾਨ ਯੂਥ ਆ ਉਹ ਹਜੇ ਵੀ ਲੋਪ ਹੁੰਦਾ ਨਜ਼ਰ ਆ ਰਿਹਾ, ਕੀ ਕਹੋਗੇ ਉਹਦੇ ਬਾਰੇ? ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਨੌਲੇਜ ਦੇਣੀ ਚਾਹੀਦੀ ਆ ਉਹਨਾਂ ਦੇ ਵੱਡਿਆਂ ਨੂੰ, ਅਤੇ ਉਹਨਾਂ ਨੂੰ ਆਪਣੇ ਵੱਡਿਆਂ ਤੋਂ ਟਾਈਮ ਲੈਣਾ ਚਾਹੀਦਾ ਵਾ, ਉਹਨਾਂ ਤੋਂ ਆਪਣੀ ਗ੍ਰੈਸਪ ਕਰਨੀ ਚਾਹੀਦੀ ਆ ਨੌਲੇਜ ਆਪਣੀ। ਇੱਦਾਂ ਦੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਨਹੀਂ, ਸਾਡੇ ਪਿੰਡ ਹਰ ਸਾਲ ਇਹ ਵਾਲਾ ਪ੍ਰੋਗਰਾਮ ਮਨਾਇਆ ਜਾਂਦਾ, ਅਤੇ ਉਮੀਦ ਆ ਹਰ ਸਾਲ ਮਨਾਇਆ ਜਾਊਗਾ। ਕਿੱਦਾਂ ਲੱਗਿਆ ਤੁਹਾਨੂੰ? ਸਾਨੂੰ ਬਹੁਤ ਵਧੀਆ ਲੱਗਿਆ। ਕੀ ਹੋਇਆ ਇੱਥੇ ਜਿਹੜਾ ਸਮਾਗਮ ਕੀਤਾ ਗਿਆ? ਇੱਥੇ ਬਹੁਤ ਵਧੀਆ ਸੱਭਿਆਚਾਰਕ ਚੀਜ਼ਾਂ ਦੇਖਣ ਨੂੰ ਮਿਲੀਆਂ ਗਈਆਂ ਅਤੇ ਸੱਭਿਆਚਾਰਕ ਬੋਲੀਆਂ ਪਾਈਆਂ ਅਸੀਂ, ਅਤੇ ਵਧੀਆ ਇੰਜੋਏ ਕੀਤਾ। ਜਿਵੇਂ ਜਿਹੜੇ ਪਿੰਡਾਂ ਦੇ ਵਿੱਚ ਹੋਰ ਵੀ ਕੁੜੀਆਂ ਬੈਠੀਆਂ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੀ ਹਾਂ, ਤੁਸੀਂ ਵੀ ਇਸ ਚੀਜ਼ਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਵਧੀਆ ਤਰੀਕੇ ਨਾਲ ਇੰਜੋਏ ਕਰੋ ਅਤੇ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲੋ ਅਤੇ ਜੁੜੋ। ਸੋ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ, ਇਹ ਕਹਿੰਦੇ ਵੀ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਲੋਪ ਹੁੰਦਾ ਜਾ ਰਿਹਾ ਸੱਭਿਆਚਾਰਕ, ਜਿਹੜੇ ਨੌਜਵਾਨ ਕੁੜੀਆਂ ਨੇ, ਧੀਆਂ ਭੈਣਾਂ ਨੇ, ਵੀ ਉਹ ਸਾਰੇ ਇਕੱਠੇ ਹੋ ਕੇ ਪਿੰਡ ਦੀ ਸੱਤ 'ਤੇ ਜਾਂ ਕਿਤੇ ਵੀ ਸਾਂਝੀ ਜਗ੍ਹਾ 'ਤੇ ਜਿਹੜੇ ਇੱਦਾਂ ਦੇ ਪ੍ਰੋਗਰਾਮ ਨੇ ਉਹ ਕਰਵਾਉਣੇ ਚਾਹੀਦੇ ਨੇ। ਮੈਂ ਅਵਤਾਰ ਸਿੰਘ ਜਾਂਟੀ ਮਾਂ, ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀਵੀ ਦਰਾਹਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ।
ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।